ਬੰਦਾ ਕਬੂਤਰੀ ਨਾ ਹੈ ਮੇਰਾ ਉਹ ਜਿੱਥੇ ਪੈਰ ਉੱਥੇ ਫੈਰ ਲੇਕਿਨ ਇਹ ਬਾਹਰ ਨਹੀਂ ਨਿਕਲਦੀ ਹੈਗੀ ਮੇਰੇ ਕੋਲ ਦੁਕਾਨ ਉੱਤੇ ਬੈਠੀ ਕਿੱਡੀ ਸੋਹਣੀ ਲੱਗਦੀ ਆਸ਼ਕਾਂ ਦੇ ਦਿਲਾਂ ਦੀ ਪਰੌਣੀ ਲੱਗਦੀ ਮੇਰੇ ਕੋਲ ਵੱਡੀ ਤੋਪ ਵਾਲਾ ਗੋਲਾ ਤੇਰੇ ਕੋਲ ਦੁਸ਼ਮਣ ਦੀ ਛਾਉਣੀ ਲੱਗਦੀ ਮੈਂ ਕਿਹਾ ਗੰਦਲਾਂ ਦਾ ਸਾਗ ਹਾਂਜੀ ਤੇ ਮੱਖਣ ਮਕਾਈ ਚਲੋ ਹੋਰ ਗੱਲਾਂ ਦੀਆਂ ਗੱਲਾਂ ਮੈਨੂੰ ਇਹ ਖੁਸ਼ੀ ਹੈ ਕਿ ਤੁਹਾਡਾ ਪੁੱਤਰ ਲੱਭ ਗਿਆ ਜਿਹਦਾ ਤੂੰ ਪੁੱਤਰ ਬਣ ਗਿਆ ਤੈਨੂੰ ਹਰ ਸ਼ਾ ਲੱਭ ਜਾਣੀ ਜੇ ਪਿਓ ਲੱਭ ਜਾਵੀ ਤਾਂ ਮੈਨੂੰ ਫਸ ਲੈ ਮੈਟਰ ਚ ਪੜ੍ਹਦੇ ਨੇ ਪੇਪਰ ਹੋਣ ਦੇ ਬਾਈਟ ਕਰਾ ਵੀ ਆਪਣੇ ਆਪਣੇ ਪੇਪਰਾਂ ਦੇ ਆਪਣੇ ਆਪਣੇ ਪਿਓ ਦਾ ਨਾਂ ਲਿਖ ਕੇ ਮੈਨੂੰ ਦੇ ਕੇ ਛੁੱਟੀ ਕਰੋ ਦੋਵੇਂ ਸਕੇ ਭਰਾ ਤਾਂ ਲੈਂਦਾ ਪਿਓ ਦਾ ਨਾਂ ਲਿਖਦਾ ਉਹ ਮਾਸਟਰ ਕਹਿੰਦਾ ਤੁਹਾਡਾ ਇੱਕ ਪਿਓ ਲੈਂਦਾ ਕਿਉਂ ਲਿਖਿਆ ਜੀ ਕਹਿੰਦਾ ਮਾਸਟਰ ਜੀ ਅਸੀਂ ਇੱਕ ਲਿਖਦੇ ਤੁਸੀਂ ਕਿਹੜੇ ਦੋਵਾਂ ਭਰਾਵਾਂ ਨੇ ਨਕਲ ਮਾਰੀ ਇਹੋ ਜਿਹੀ ਚਿੜੀਆਂ ਬਾਜ਼ਾਰੋਂ ਆਂਡਾ ਲਿਆ ਕੇ ਚਿੜੇ ਸਾਹਮਣੇ ਰੱਖ ਕੇ ਸੱਚੀਆਂ ਆਉਂਦੇ ਨੇ ਕੀ ਹੋ ਗਏ ਬਾਤ ਕੋ ਕਰਤਾਰ ਕੀ ਹੋਤੀ ਹੈ ਸਾਫੀ ਵਰਨਾ ਹਜ ਤੋਂ ਨਰਗਸ ਨੇ ਵੀ ਕੀਆ ਹੈ ਘੇਰਿਆ ਹੋਵੇ ਨਹਿਰ ਤੋਂ ਖੁਸਰਾ ਪੈਸੇ ਦਿੱਤੇ ਹੁਣ ਮੈਂ ਤੇ ਲੈ ਸੂਫੀ ਜਾਏ ਕਿੰਨਾ ਦੁੱਖ ਲਾ रानी को राजा डबल सवारी ते पाबंदी है तू बस ते बह के आ जा ओए पोला जिथे जावे जिस टाइम चाहे अनेरा कर देवे मैं वापटा च लगा वा ਤੇਰੀ ਹੋਣ ਵਾਲੀ ਨੋ ਏ ਮੈਂ ਛਾਤੀ ਕਰਨ ਲੱਗਾ ਇਸ ਦੁਨੀਆਂ ਚ ਜਿੰਨੇ ਵੀ ਵੇਲੇ ਫਿਰਦੇ ਨੇ ਬੁੜੀਆਂ ਉਹਨਾਂ ਦੀਆਂ ਸੋਹਣੀਆਂ ਹੁੰਦੀਆਂ ਔਰ ਰਿਕਸ਼ੇ ਦੇ ਵਿੱਚ ਪੰਜ ਛੇ ਸਵਾਰੀਆਂ ਬੈਠੀਆਂ ਹੁਣ ਤੇ ਇਹੋ ਜਿਹੀ ਕੁੜੀ ਨੂੰ ਅੱਗੇ ਡਰਾਈਵਰ ਨਾ ਪਾਇਆ ਲੱਗਾ ਬੱਤੀ ਆਉਂਦੀ ਨਹੀਂ ਤੇ 8-8 ਹਜ਼ਾਰ ਰੁਪਈਆ ਬਿੱਲ ਨੇ ਨਾਲ 6 ਹਜ਼ਾਰ ਰੁਪਏ ਦੀਆਂ ਮੋਮਬੱਤੀਆਂ ਲੈ ਦਾ ਆਪਣੇ ਖਾਵਤ ਨਾਲ ਬਹਿ ਕੇ ਨਾ ਮੋਟਰਸਾਈਕਲ ਤੇ ਰਾਵੀ ਦੇ ਪੁੱਲ ਤੋਂ ਜਾ ਰਹੀ ਹੁੰਦੀ ਉਹ ਖਾਵਤ ਲੈਂਦਾ 5 ਰੁਪਏ ਦਾ ਲਫਾਫਾ ਕਲੇਜੀ ਪੇਪਰਾਂ ਸੁੱਟਣ ਵਾਲਾ ਉਹਨੂੰ ਕਹਿੰਦੇ ਜਾਨੂੰ ਰੱਖ ਲਓ ਘਰ ਜਾ ਕੇ ਆਲੂ ਪਾ ਲਾਂਗੇ ਵਿੱਚ ਦਿਸ ਇਜ਼ ਪਾਕਿਸਤਾਨੀ ਸੌਂਗ ਗੁਜਰਾਵੇ ਮੈਂ ਕਿਹਾ ਪੜ੍ਹੇ ਲਿਖੇ ਹੋ ਹਾਂ ਮੇਰੇ ਛੋਟੇ ਜਿਹੇ ਸਵਾਲ ਦਾ ਜਵਾਬ ਤੇ ਦਿਓ ਪੁੱਛੋ ਇਹ ਦੱਸੋ ਕਿਹੜਾ ਵਕਤ ਹੈ ਜਦੋਂ ਬੰਦਾ ਇੱਕ ਲੱਤ ਖਲੋਂਦਾ ਪਤਾ ਨਹੀਂ ਸਲਵਾਰ ਪਾਉਣ ਲੱਗਿਆ ਅੱਛਾ ਜਿਹੜਾ ਕੇਬਲ ਤੇ ਚੈਨਲ ਹੀ ਹਾਂਡੀਆਂ ਪਕਾਉਣ ਵਾਲਾ ਉਹਦੇ ਤੇ ਆ ਕੇ ਜੋ ਕੁੜੀ ਕਹਿੰਦੀ ਤਾਂ ਸਭ ਤੋਂ ਪਹਿਲੇ ਮੈਨੇ ਇਹ ਡਾਲਾ ਫਿਰ ਇਹ ਡਾਲਾ ਥੋੜਾ ਸਾ ਬੂਨਾ ਅੱਲਾ ਜੀ ਇਹ ਪਤਾ ਨਹੀਂ ਕਿਆ ਬਣ ਗਿਆ ਦੇਖੇ ਜਰਾ ਆਪ ਹਮ ਨਾ ਜਿਸ ਕੋ ਦਿਲ ਦਿਆ ਵੋ ਦਿੱਲੀ ਚਲੇ ਵਾਹ ਵਾਹ ਆਸ਼ਾ ਚੌਧਰੀ ਜ਼ੇਰੇ ਤਮੀਰ ਜੋ ਸਰਦਾ ਬਣਦਾ ਦਿਓ ਤੁਸੀਂ ਜਾਣਦੇ ਹੋ ਕਿ ਕਤਰੇ ਕਤਰੇ ਨਾਲ ਹੀ ਤਾਰਕ ਡੈਡੀ ਬਣਦਾ ਹੈ ਸ਼ੀਸ਼ਾ ਥੱਲੇ ਕਰਕੇ ਇਹੋ ਜਿਹੇ ਮੁੰਡੇ ਨੂੰ ਬੰਦਾ ਡਰੈਸ ਪੁੱਛਣ ਵਾਸਤੇ ਬੁਲਾਇਆ ਦਾ ਉਹ ਕਹਿ ਕੇ ਗੱਲ ਸੁਣ ਅਖੋ ਨੂੰ ਕਰਦਾ ਮੇਰੇ ਭਾਈ ਯਤੀਮ ਖਾਨਾ ਉਹ ਖਾਨਾ ਹੈ ਜਿਹੜੇ ਮਾਂ ਪਿਓ ਗਲਤ ਹਰਕਤਾਂ ਕਰਦੇ ਨੇ ਔਲਾਦਾਂ ਨੂੰ ਪਤਾ ਨਹੀਂ ਕਿੱਥੇ ਸੁੱਟ ਦਿੰਦੇ ਨੇ ਫਿਰ ਯਤੀਮ ਖਾਨੇ ਵਾਲੇ ਉਸ ਔਲਾਦ ਨੂੰ ਚੁੱਕ ਕੇ ਪੜ੍ਹਾ ਕੇ ਲਿਖਾ ਕੇ ਜਵਾਨ ਕਰਕੇ ਤੇ ਉਹਨੂੰ ਮੋਚੀਆ ਦਾ ਕੰਮ ਸਿਖਾ ਦਿੰਦੇ ਨੇ ਦਿਸ ਇਜ਼ ਪਾਕਿਸਤਾਨੀ ਕਲਚਰ ਮੈਂ ਉਤਾਰਨ ਕਹਿੰਦੀ
ਭਾਈ ਛਾਪਾ ਰੱਖ ਕੇ ਤੇਰਾ ਕੜਾਕਾ ਕੱਢ ਦੇ। ਉਹ ਕਹਿੰਦਾ ਬੀਬੀ ਪਿਛਲੇ ਸਾਲ ਕਾਕਾ ਕੱਢਿਆ ਹੁਣ ਕੜਾਕੇ ਕੱਢਦਾ। ਇੱਕ ਪਹਿਲੇ ਵੀ ਅੰਗਰੇਜ਼ ਇੱਥੇ ਆਇਆ ਸੀ, ਏਅਰਪੋਰਟ ਤੇ ਮੈਨੂੰ ਮਿਲਿਆ, ਮੈਂ ਕਿਹਾ ਕਿੰਨੀ ਦੇਰ ਰਿਹਾ ਪੰਜਾਬ 'ਚ, ਕਹਿੰਦਾ 6 ਮਹੀਨੇ। ਮੈਂ ਕਿਹਾ ਇੱਥੇ ਕੋਈ ਪੰਜਾਬੀ ਦਾ ਲਫ਼ਜ਼ ਸਿੱਖੀ ਆਈ? ਕਹਿੰਦਾ ਆਹੋ। ਮੈਂ ਕਿਹਾ ਕੀ? ਕਹਿੰਦਾ ਬੱਤੀ ਆ ਗਿਆ, ਬੱਤੀ ਆ ਗਿਆ, ਬੱਤੀ ਆ ਗਿਆ।